ਹੌਲੀ ਹੌਲੀ ਕਰ ਰਹੇ ਆ ਇਲਾਜ ਹਨੇਰੇ ਦਾ, ਕਦੇ ਤਾਂ ਬਣ ਹੀ ਜਾਵਾਂਗੇ ਦੀਵਾ ਕਿਸੇ ਬਨੇਰੇ ਦਾ, ਦੀਵਾ ਕਿਸੇ ਬਨੇਰੇ ਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਸਾਰਿਆਂ ਦੇ। ਵੈਸੇ ਤਾਂ ਆਪਣੇ ਚੈਨਲ 'ਤੇ ਕਾਫੀ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਸਟੱਡੀ ਦੇ ਰਿਲੇਟਿਡ, ਵਰਕ ਦੇ ਰਿਲੇਟਿਡ, ਪੀਆਰ ਦੇ ਰਿਲੇਟਿਡ, ਪਰ ਜਿਹੜੀ ਆਹ ਵਾਲੀ ਵੀਡੀਓ ਆ ਇਹਦੇ ਵਿੱਚ ਮੈਂ ਇੰਨੀਆਂ ਕੁ ਜ਼ਿਆਦਾ ਇਨਫੋਰਮੇਸ਼ਨ ਦੇਣ ਜਾ ਰਿਹਾ ਕਿ ਮੈਨੂੰ ਲੱਗਦਾ ਕਿ ਐਗਰੀਗੇਟ ਹੋਏਗਾ ਸਾਰੀਆਂ ਵੀਡੀਓਜ਼ ਦਾ। ਤੁਸੀਂ ਇਹਨੂੰ ਪਾਰਟਸ ਦੇ ਵਿੱਚ ਦੇਖ ਸਕਦੇ ਹੋ, ਸਟੱਡੀ ਵਾਲੇ ਸਟੱਡੀ ਵਾਲਾ ਪਾਰਟ ਦੇਖ ਸਕਦੇ ਆ, ਸਟੱਡੀ ਤੋਂ ਬਾਅਦ ਵਾਲੇ ਵਰਕ ਵਾਲਾ ਪਾਰਟ ਦੇਖ ਸਕਦੇ ਆ, ਜਿਨ੍ਹਾਂ ਨੇ ਹਜੇ ਆਉਣਾ ਹੈ ਉਹ ਸਟੱਡੀ ਤੋਂ ਪਹਿਲਾਂ ਵਾਲਾ ਪਾਰਟ ਦੇਖ ਸਕਦੇ ਆ, ਅਤੇ ਪੀ ਆਰ ਵਾਲਾ ਪਾਰਟ ਦੇਖ ਸਕਦੇ ਆ। ਪਹਿਲੇ ਨੰਬਰ 'ਤੇ ਮੈਂ ਗੱਲ ਕਰਾਂਗਾ ਸਟੱਡੀ ਪਰਮਿਟ ਵਾਲਿਆਂ ਦੀ, ਜਿਨ੍ਹਾਂ ਨੇ ਹਜੇ ਆਉਣਾ ਆ ਉਹਨਾਂ ਨੂੰ ਕੀ ਪ੍ਰੋਬਲਮਸ ਆਉਂਦੀਆਂ ਨੇ, ਉਹਨਾਂ ਦੇ ਕੀ ਕੁਐਸਚਨ ਹੁੰਦੇ ਆ। ਸਭ ਤੋਂ ਵੱਡਾ ਕੁਐਸਚਨ ਹੁੰਦਾ ਹੈ ਅਸੀਂ ਕਿੱਥੇ ਜਾਈਏ, ਕਿਹੜਾ ਕਾਲਜ ਸਾਡੇ ਲਈ ਬੈਸਟ ਰਹੇਗਾ, ਕਿਹੜਾ ਕੋਰਸ ਬੈਸਟ ਰਹੇਗਾ। ਉਹਦੇ ਲਈ ਮੈਂ ਇੱਕ ਵੀਡੀਓ ਬਣਾਈ ਹੋਈ ਹੈ, ਤੁਸੀਂ ਉਹ ਵੀਡੀਓ ਦੇਖੋ ਜ਼ਰੂਰ। ਇਸ ਵੀਡੀਓ ਦੇ ਵਿੱਚ ਮੈਂ ਇੰਨਾ ਦੱਸ ਸਕਦਾ ਕਿ ਜਿਨ੍ਹਾਂ ਨੇ ਓਨਟੈਰੀਓ ਦੇ ਵਿੱਚ ਆਉਣਾ ਆ ਉਹ ਓਨਟੈਰੀਓ ਕਾਲਜਿਸ .ca ਦੀ ਵੈਬਸਾਈਟ 'ਤੇ ਜਾਓ, ਉੱਥੇ ਜਾ ਕੇ ਦੇਖੋ ਕਿ ਤੁਹਾਡੇ ਕੋਰਸ ਦੇ ਲਈ ਕਿਹੜੇ ਕਿਹੜੇ ਕਾਲਜਿਸ ਦੀ ਲਿਸਟ ਹੈਗੀ ਹੈ। ਤੁਸੀਂ ਸਿਰਫ ਆਪਣੇ ਕੋਰਸ ਦਾ ਨਾਮ ਨਹੀਂ, ਤੁਸੀਂ ਸਿਰਫ ਆਪਣਾ ਸਟ੍ਰੀਮ ਭਰਨਾ ਹੈ। ਮੰਨ ਲਓ ਕੰਸਟਰਕਸ਼ਨ ਵਾਲੇ, ਉਹਨਾਂ ਨੇ ਸਿਰਫ ਸਿਵਲ ਜਾਂ ਕੰਸਟਰਕਸ਼ਨ ਭਰਨਾ ਆ, ਕਿਸੇ ਨੇ ਪਲੰਬਿੰਗ ਲੈਣੀ ਉਹ ਸਿਰਫ ਪਲੰਬਿੰਗ ਭਰੇਗਾ। ਸਾਰੇ ਕਾਲਜਿਸ ਆ ਜਾਣਗੇ, ਸਾਰੇ ਕੋਰਸ ਆ ਜਾਣਗੇ, ਤੁਸੀਂ ਉੱਥੇ ਦੇਖ ਸਕਦੇ ਹੋ ਅਤੇ ਚੁਣ ਸਕਦੇ ਹੋ ਆਪਣਾ ਕਾਲਜ। ਹੁਣ ਕਾਲਜ ਕਿੱਦਾਂ ਚੁਣਨਾ ਆ, ਕਾਲਜ ਜਿਹੜਾ ਹੋਣਾ ਚਾਹੀਦਾ ਨਾ ਉਹ DLI ਅਪਰੂਵਡ ਕਾਲਜ ਹੋਣਾ ਚਾਹੀਦਾ ਹੈ, DLI ਲਰਨਿੰਗ ਇੰਸਟੀਟਿਊਟ ਹੋਣਾ ਚਾਹੀਦਾ ਆ। ਤੁਸੀਂ DLI ਸਰਚ ਇੰਜਨ 'ਤੇ ਜਾਓ, ਉੱਥੇ ਜਾ ਕੇ ਆਪਣੇ ਕਾਲਜ ਦੀ ਲਿਸਟ ਦੇਖੋ, ਦੇਖੋ ਕਿ ਉਹਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲਦਾ ਜਾਂ ਨਹੀਂ ਮਿਲਦਾ। ਜੇ ਨਹੀਂ ਮਿਲਦਾ, ਜੇ ਉਹਦੇ ਅੱਗੇ ਨੋ ਲਿਖਿਆ, ਤਾਂ ਉਹ ਕਾਲਜ ਆਪਾਂ ਨਹੀਂ ਲੈ ਕੇ ਆਉਣਾ ਇੱਥੇ। ਕਈ ਏਜੰਟ ਹੈਗੇ ਆ ਤੁਹਾਨੂੰ ਉੱਥੋਂ ਤੁਹਾਨੂੰ ਉਹ ਕਾਲਜ ਲੈ ਕੇ ਭੇਜ ਦਿੰਦੇ ਆ, ਫਿਰ ਇੱਥੇ ਆ ਕੇ ਤੁਹਾਨੂੰ ਚੇਂਜ ਕਰਾਉਣੇ ਪੈਂਦੇ ਆ ਅਤੇ ਹੋਰ ਬੜੇ ਪੰਗੇ ਹੋ ਜਾਂਦੇ ਆ ਉਹਦੇ ਨਾਲ। ਇਸ ਕਰਕੇ ਪਹਿਲਾਂ ਹੀ ਤੁਸੀਂ DLI ਅਪਰੂਵਡ ਕਾਲਜ ਲੈ ਕੇ ਆਓ। ਆਇਲਸ ਦੇ ਵਿੱਚ ਵਧੀਆ ਸਕੋਰ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਤਾਂ 6.5 ਲਓ, ਨੋਟ ਲੈਸ ਦੈਨ 6। ਜੇ ਤੁਸੀਂ ਕਰ ਰਹੇ ਹੋ ਪਲੱਸ ਟੂ ਕਰਕੇ ਆ ਰਹੇ ਹੋ ਤਾਂ ਘੱਟੋ ਘੱਟ 6 ਬੈਂਡ ਲਓ। ਉਸ ਤੋਂ ਬਾਅਦ ਕੁਐਸਚਨ ਆਉਂਦਾ ਕਿ ਅਸੀਂ ਡਿਗਰੀ ਲੈ ਕੇ ਆਈਏ ਜਾਂ ਡਿਪਲੋਮਾ ਲੈ ਕੇ ਆਈਏ, ਪਲੱਸ ਟੂ ਤੋਂ ਬਾਅਦ ਆਈਏ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਆਈਏ। ਪਲੱਸ ਟੂ ਤੋਂ ਬਾਅਦ ਐਂਡ ਗ੍ਰੈਜੂਏਸ਼ਨ ਦੀ ਜੇ ਮੈਂ ਗੱਲ ਕਰਾਂ, ਸਿਰਫ ਇੰਨਾ ਕੁ ਫਰਕ ਹੁੰਦਾ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਬੰਦਾ ਮੈਚਿਓਰ ਹੋ ਜਾਂਦਾ ਆ, ਉਹਨੂੰ ਬੰਦਿਆਂ ਨੂੰ ਸਮਝਣ ਦੀ ਥੋੜ੍ਹੀ ਜਿਹੀ ਅਕਲ ਆ ਜਾਂਦੀ ਜਿਹਨੂੰ ਕਹਿੰਦੇ ਆ ਆਪਣੇ ਪੰਜਾਬੀ ਦੇ ਵਿੱਚ, ਅਤੇ ਨਾਲ ਦੀ ਨਾਲ ਉਹਨੂੰ ਆਪਣੇ PR ਦੇ ਵਿੱਚ ਪੁਆਇੰਟਸ ਜ਼ਿਆਦਾ ਮਿਲ ਜਾਂਦੇ ਆ। ਹੋਰ ਮੇਰੇ ਅਕੋਰਡਿੰਗ ਕੋਈ ਫਰਕ ਨਹੀਂ ਹੈ। ਪਲੱਸ ਟੂ ਦੇ ਵਿੱਚ ਆਉਂਦਾ ਇਹ ਫਾਇਦਾ ਹੈ ਕਿ ਜਿੰਨੀ ਜਲਦੀ ਆਓਗੇ ਉਨੀ ਜਲਦੀ PR ਹੋਗੇ, ਉਨੀ ਜਲਦੀ ਸਿਟੀਜ਼ਨ ਹੋਗੇ, ਉਨੀ ਜਲਦੀ ਆਪਣਾ ਕੋਈ ਬਿਜ਼ਨਸ ਸੈੱਟ ਕਰੋਗੇ ਐਂਡ ਉਨੀ ਜਲਦੀ ਤੁਸੀਂ ਸਕਸੈਸਫੁਲ ਹੋਵੋਗੇ। ਮਤਲਬ ਪਲੱਸ ਟੂ ਵਾਲਿਆਂ ਨੂੰ ਇਹ ਥੋੜ੍ਹਾ ਜਿਹਾ ਫਾਇਦਾ ਹੋ ਜਾਂਦਾ ਹੈ, ਪਰ ਪਲੱਸ ਟੂ ਵਾਲਿਆਂ ਨੂੰ ਥੋੜ੍ਹਾ ਸਟਰਗਲ ਕਰਨਾ ਪੈਂਦਾ, ਉਹਨਾਂ ਨੂੰ ਜਿਵੇਂ ਰੋਟੀ ਵਗੈਰਾ ਨਹੀਂ ਬਣਾਉਣੀ ਆਉਂਦੀ ਹੁੰਦੀ, ਬੰਦਾ ਘਰੋਂ ਕਦੀ ਬਾਹਰ ਨਹੀਂ ਰਿਹਾ ਹੁੰਦਾ, ਲਾਈਕ ਅਲੱਗ ਅਲੱਗ ਸਾਰਿਆਂ ਦੇ ਆਪਣੋ ਆਪਣੇ ਚੈਲੰਜਸ ਹੁੰਦੇ ਆ। ਸੋ ਇਹ ਤੁਸੀਂ ਆਪ ਡਿਸਾਈਡ ਕਰਨਾ ਕਿ ਤੁਸੀਂ ਕੀ ਕਰਨਾ ਹੈ। ਡਿਗਰੀ ਐਂਡ ਡਿਪਲੋਮਾ, ਜੇ ਮੈਂ ਇਹਨੂੰ ਦੋ ਸ਼ਬਦਾਂ ਦੇ ਵਿੱਚ ਜਾਂ ਦੋ ਲਾਈਨਾਂ ਦੇ ਵਿੱਚ ਨਿਬੇੜਨਾ ਹੋਵੇ ਤਾਂ ਗੱਲ ਇਹ ਆ ਕਿ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤਾਂ ਡਿਗਰੀ ਲੈ ਕੇ ਆ ਜਾਓ, ਨਹੀਂ ਤਾਂ ਤੁਸੀਂ ਡਿਪਲੋਮਾ ਲੈ ਕੇ ਆ ਜਾਓ, ਕਿਉਂਕਿ ਜਿਹੜਾ ਬੰਦਾ ਡਿਗਰੀ ਲੈ ਕੇ ਆਉਂਦਾ ਹੈ ਉਹਨੂੰ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਸਾਰਾ ਕੁਝ ਮੈਨੇਜ ਕਰਨਾ, ਪਰ ਫਾਇਦਾ ਜਿਹੜਾ ਉਹ ਡਿਗਰੀ ਦਾ ਹੈਗਾ ਆ। ਡਿਗਰੀ ਦੇ ਵਿੱਚ ਐਂ ਹੁੰਦਾ ਯੂਨੀਵਰਸਿਟੀਜ਼ ਦੇ ਵਿੱਚ ਪਲੇਸਮੈਂਟਸ ਹੋ ਜਾਂਦੀਆਂ ਨੇ, ਕਾਲਜਿਸ ਦੇ ਵਿੱਚ ਕੋਈ ਪਲੇਸਮੈਂਟ ਨਹੀਂ ਹੁੰਦੀ, ਤੁਹਾਨੂੰ ਆਪਣੇ ਦਮ 'ਤੇ ਹੀ ਅੱਗੇ ਨਿਕਲਣਾ ਪੈਂਦਾ। ਇਹ ਨਹੀਂ ਹੈਗਾ ਕਿ ਤੁਸੀਂ ਡਿਪਲੋਮਾ ਲੈ ਕੇ ਆਏ ਤਾਂ ਤੁਸੀਂ ਅੱਗੇ ਨਹੀਂ ਨਿਕਲ ਸਕਦੇ, ਨਹੀਂ ਤੁਸੀਂ ਨਿਕਲ ਸਕਦੇ ਹੋ। ਡਿਗਰੀ ਵਾਲੇ ਬੰਦੇ ਪਿੱਛੇ ਰਹਿ ਜਾਂਦੇ, ਡਿਪਲੋਮੇ ਵਾਲੇ ਅੱਗੇ ਨਿਕਲ ਜਾਂਦੇ, ਉਹ ਤਾਂ ਬੰਦੇ ਦੇ ਸਕਿੱਲਸ 'ਤੇ, ਨੌਲੇਜ 'ਤੇ, ਰੈਫਰੈਂਸ 'ਤੇ ਐਂਡ ਉਹਦੇ ਕਿੰਨੇ ਕੁ ਲਿੰਕ ਬਣਦੇ ਆ ਉਹਦੇ 'ਤੇ ਡਿਪੈਂਡ ਕਰਦਾ ਆ। ਗੱਲ ਕੀਤੀ ਆਪਾਂ ਸਟੱਡੀ ਵੀਜ਼ੇ ਦੀ, ਸਟੱਡੀ ਵੀਜ਼ਾ ਨਹੀਂ, ਵਰਕ ਵੀਜ਼ਾ ਵੀ, PR ਵੀ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਾਈਲ ਹੋਵੇ, ਜਿਹੜਾ ਤੁਹਾਡਾ ਏਜੰਟ ਹੁੰਦਾ ਹੈ ਨਾ ਉਹਦੇ 'ਤੇ ਬੜਾ ਡਿਪੈਂਡ ਕਰਦਾ ਹੈ ਕਿ ਕਿਹੜਾ ਏਜੰਟ ਸਾਡੀ ਫਾਈਲ ਲਾ ਰਿਹਾ ਕਿਸੇ ਵੀ ਸਟ੍ਰੀਮ ਦੇ, ਕਿਸੇ ਵੀ ਵੀਜ਼ੇ ਦੇ ਰਿਗਾਰਡਿੰਗ। ਹੁਣ ਮੈਂ ਤੁਹਾਨੂੰ ਇੱਥੇ ਰਿਕਮੈਂਡ ਕਰੂੰਗਾ ਜੋਬਨ ਗਿੱਲ ਇਮੀਗ੍ਰੇਸ਼ਨ। ਵੈਸੇ ਤਾਂ ਬਾਈ ਦਾ ਨਾਂ ਸਾਰਿਆਂ ਨੇ ਸੁਣਿਆ ਹੋਣਾ ਹੈ, ਪ੍ਰਭ ਕੋਟਵੇਂ ਬਾਈ ਦੇ ਨਾਲ ਵੀ ਆਇਆ ਆ, ਠੀਕ ਹੈ, ਉਸ ਤੋਂ ਬਾਅਦ ਪੇਂਡੂ ਕੈਨੇਡੀਅਨ ਮਿੰਟੂ ਸਮਾਘ ਬਾਈ ਦੇ ਨਾਲ ਵੀ ਆਇਆ ਆ, ਅਤੇ ਹੁਣ ਆਪਾਂ ਵੀ ਕਿਸੇ ਦਿਨ ਬਾਈ ਨੂੰ ਲੈ ਕੇ ਆਵਾਂਗੇ, ਆਪਣੇ ਬੜੇ ਵਧੀਆ ਬਾਈ ਦੇ ਨਾਲ ਰਿਲੇਸ਼ਨ ਆ। ਤੁਸੀਂ ਉਹਨਾਂ ਦੇ ਨਾਲ ਕੰਸਲਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਲੀਗਲ ਐਡਵਾਈਸ ਚਾਹੀਦੀ ਆ, ਫਰੀ ਆਫ ਕੋਸਟ ਆ, ਕਿਸੇ ਵੀ ਤਰ੍ਹਾਂ ਦਾ ਤੁਸੀਂ ਵੀਜ਼ਾ ਲਵਾਉਣਾ ਆ, ਠੀਕ ਆ, ਉਹ ਤੁਹਾਡੀ ਹੈਲਪ ਕਰ ਸਕਦੇ ਆ। ਟਿਕਟੋਕ 'ਤੇ ਦੇਖੋਗੇ ਨਾ, ਹੁਣ ਤਾਂ ਚਲੋ ਇੰਡੀਆ ਦੇ ਵਿੱਚ ਬੰਦ ਹੋ ਗਈ, ਜਿਹੜੇ ਇੱਥੋਂ ਵਾਲੇ ਬੰਦੇ ਆ, ਬਾਈ ਦੇ ਘੱਟੋ ਘੱਟ 100K ਫੋਲੋਵਰਸ ਹੈਗੇ ਆ। ਮਤਲਬ ਫ੍ਰੀ ਦੀ ਇਨਫੋਰਮੇਸ਼ਨ ਇੰਨੀ ਕੁ ਜ਼ਿਆਦਾ ਪਈ ਹੋਈ ਹੈ ਨਾ ਇਹਨਾਂ ਦੇ ਪੇਜ 'ਤੇ ਕਿ ਤੁਸੀਂ, ਮੈਂ ਕਿਹਾ ਵੀ ਬੰਦਾ ਆਪ ਵੀ ਫਾਈਲ ਲਾ ਸਕਦਾ, ਪਰ ਕਈਆਂ ਨੂੰ ਲੀਗਲ ਐਡਵਾਈਸ ਚਾਹੀਦੀ ਹੁੰਦੀ ਆ। ਸੋ ਜੋਬਨ ਗਿੱਲ ਇੱਕ ਨਾਮ ਇਹੋ ਜਿਹਾ ਜਿਹੜਾ ਹੁਣ ਕੈਨੇਡਾ ਦੇ ਵਿੱਚ 7 ਸਾਲ ਤੋਂ ਇਹ ਸਰਵਿਸਿਜ਼ ਦੇ ਰਿਹਾ ਅਤੇ ਬਹੁਤ ਜ਼ਿਆਦਾ ਹੈਲਪ ਕਰ ਸਕਦਾ ਬਾਈ ਤੁਹਾਡੀ। ਤੁਸੀਂ ਬਾਈ ਦੇ ਨਾਲ ਕੰਟੈਕਟ ਕਰੋ, ਮੈਂ ਨੰਬਰ ਵਗੈਰਾ ਮੈਂਸ਼ਨ ਕਰਦਾ, ਠੀਕ ਆ, ਅਤੇ ਇਹਨਾਂ ਦੀ ਇੰਸਟਾਗ੍ਰਾਮ ਆਈਡੀ, ਟਿਕਟੋਕ ਆਈਡੀ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰਦਾ। ਪਲੀਜ਼ ਬਾਈ ਦੇ ਨਾਲ ਕੰਸਲਟ ਕਰੋ, ਬਹੁਤ ਵਧੀਆ ਤੁਹਾਨੂੰ ਚੰਗੀ ਐਡਵਾਈਸ ਮਿਲੇਗੀ। ਨੈਕਸਟ ਪਾਰਟ ਆਉਂਦਾ ਆ ਸਟੱਡੀ ਦਾ, ਵਾਈਲ ਸਟੱਡਿੰਗ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਪਹਿਲਾਂ ਤਾਂ ਇੱਥੇ ਆ ਕੇ ਆਪਣੇ ਕਾਲਜ
ਬਾਕੀ ਕਿਸੇ ਏਜੰਟ ਨਾਲ ਗੱਲ ਕਰ ਸਕਦੇ ਹੋ, ਉਹ ਤੁਹਾਨੂੰ ਕਾਲਜਸ ਵਗੈਰਾ ਦਵਾ ਸਕਦੇ ਆ ਇੱਥੇ ਜਦੋਂ ਵੀ ਬੰਦਾ ਆਉਂਦਾ। ਜਲਦੀ ਜਲਦੀ ਜਿੰਨੀ ਜਲਦੀ ਹੋ ਸਕਦਾ ਜੇ ਤੁਸੀਂ ਚੇਂਜ ਵੀ ਕਰਨਾ ਤਾਂ ਤੁਸੀਂ ਕਿਸੇ ਦੀ ਹੈਲਪ ਦੇ ਨਾਲ ਚੇਂਜ ਕਰੋ, ਆਪ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਟੱਡੀ ਵੀਜ਼ੇ ਦੀ ਕੋਈ ਵੀ ਫੀਸ ਨਹੀਂ ਲੈਂਦਾ। ਸੋ ਬੈਟਰ ਇਹੀ ਹੈ ਕਿਸੇ ਏਜੰਟ ਦੇ ਕੋਲ ਜਾਓ। ਜਦੋਂ ਤੁਹਾਡੀ ਸਟੱਡੀ ਸਟਾਰਟ ਹੋ ਗਈ, ਪਹਿਲੇ ਸਮੈਸਟਰ ਦੇ ਵਿੱਚ ਜਿੰਨਾ ਵਧੀਆ ਸਕੋਰ ਹੋ ਸਕਦਾ ਨਾ ਉਨਾ ਕਰਨ ਦੀ ਕੋਸ਼ਿਸ਼ ਕਰੋ। ਐਂਡ ਪਹਿਲਾਂ ਮੈਂ ਦੱਸਣਾ ਸੀ ਕਿ ਜਦੋਂ ਇੰਡੀਆ ਤੋਂ ਆਉਣਾ ਤਾਂ ਹੋ ਸਕਦਾ ਹੈ ਤਾਂ ਕੋਪ ਵਾਲਾ ਕੋਰਸ ਲੈ ਕੇ ਆਓ ਕਿਉਂਕਿ ਤੁਹਾਡੀ ਇੰਟਰਨਸ਼ਿਪ ਲੱਗ ਜਾਂਦੀ ਹੈ ਅਤੇ ਤੁਸੀਂ ਵਧੀਆ ਫੀਲਡ ਦੇ ਵਿੱਚ ਜਾ ਸਕਦੇ ਹੋ, ਫੀਲਡ ਦਾ ਤੁਹਾਨੂੰ ਐਕਸਪੀਰੀਅੰਸ ਹੋ ਸਕਦਾ ਆ। ਓਕੇ, ਹਰ ਸਬਜੈਕਟ ਦੇ ਵਿੱਚੋਂ ਡੀ ਗ੍ਰੇਡ ਲੈਣ ਦੀ ਕੋਸ਼ਿਸ਼ ਕਰੋ, ਘੱਟੋ ਘੱਟ ਡੀ ਤੋਂ ਥੱਲੇ ਵਾਲਾ ਤਾਂ ਫੇਲ ਹੀ ਆ, ਪਰ ਓਵਰਆਲ ਸਮੈਸਟਰ ਦੇ ਵਿੱਚ ਤੁਹਾਡੇ 2 ਗ੍ਰੇਡ ਬਣਨੇ ਚਾਹੀਦੇ ਆ। ਹੁਣ ਇਹਦੇ ਵਿੱਚ ਮੈਂ ਇੱਕ ਵੀਡੀਓ ਬਣਾਈ ਸੀ ਪੂਰੀ ਇਨ ਡਿਟੇਲ, ਮੈਂ ਫਿਰ ਵੀ ਇੱਥੇ ਦੱਸ ਦੇਣਾ ਕੀ ਸਿਸਟਮ ਹੁੰਦਾ ਆ। ਜਿਹੜਾ ਤਾਂ ਡੀ ਲੈ ਕੇ ਆਉਂਦਾ ਉਹਦਾ ਸਿਰਫ 1 ਗ੍ਰੇਡ ਆਉਂਦਾ ਆ। ਜੇ ਮੰਨ ਲਓ ਤੁਹਾਡੇ ਸਾਰੇ ਸਬਜੈਕਟ ਦੇ ਵਿੱਚੋਂ ਡੀ ਆਇਆ ਤਾਂ ਤੁਹਾਡਾ 1 ਗ੍ਰੇਡ ਹੋਇਆ, ਹਰ ਇੱਕ ਸਬਜੈਕਟ ਦੇ ਵਿੱਚੋਂ ਤਾਂ ਤੁਸੀਂ ਪਾਸ ਹੋ ਪਰ ਪੂਰੇ ਸਮੈਸਟਰ ਦੇ ਵਿੱਚੋਂ ਤੁਸੀਂ ਫੇਲ ਹੋ ਕਿਉਂਕਿ ਪੂਰੇ ਸਮੈਸਟਰ 'ਚ ਪਾਸ ਹੋਣ ਵਾਸਤੇ ਤੁਹਾਨੂੰ 2 ਗ੍ਰੇਡ ਚਾਹੀਦੇ ਆ। ਇੰਡੀਆ ਦੇ ਵਿੱਚ ਇੱਦਾਂ ਨਹੀਂ ਹੁੰਦਾ, ਇੰਡੀਆ ਦੇ ਵਿੱਚ ਜੇ ਤੁਸੀਂ ਸਬਜੈਕਟ ਦੇ ਵਿੱਚੋਂ ਪਾਸ ਹੋ ਗਏ ਤਾਂ ਤੁਸੀਂ ਪਾਸ ਹੋ, ਇੱਥੇ ਇੱਦਾਂ ਨਹੀਂ ਆ ਸਿਸਟਮ। ਸੋ ਪਲੀਜ਼ ਆਉਂਦਿਆਂ ਦੇ ਨਾਲ ਪਹਿਲਾਂ ਜਿਹੜਾ ਤੁਹਾਨੂੰ ਪ੍ਰੋਸਪੈਕਟਸ ਮਿਲੇਗਾ ਜਾਂ ਫਿਰ ਕਾਲਜ ਤੋਂ ਕੁਛ ਵੀ ਮਿਲੇਗਾ ਉਹਨੂੰ ਚੰਗੀ ਤਰ੍ਹਾਂ ਪੜ੍ਹੋ ਕਿ ਸਾਡਾ ਸਿਸਟਮ ਕਿਵੇਂ ਵਰਕ ਕਰਦਾ ਹੈ ਕੈਨੇਡਾ ਦੇ ਵਿੱਚ, ਇਹ ਕਿੱਦਾਂ ਸਿਸਟਮ ਚੱਲੇਗਾ, ਕਿੱਦਾਂ ਸਾਡੀ ਗ੍ਰੇਡਿੰਗ ਸਿਸਟਮ ਚੱਲੇਗੀ। ਠੀਕ ਆ, ਵੀਡੀਓ ਦੇ ਵਿੱਚ ਮੈਂ ਉੱਪਰ ਲਿਖ ਦੇਣਾ, ਤੁਸੀਂ ਵੀਡੀਓ ਇੱਕ ਵਾਰੀ ਜ਼ਰੂਰ ਖੋਲ੍ਹ ਕੇ ਦੇਖਿਓ, ਉਹਦੇ 'ਚ ਤੁਹਾਨੂੰ ਕਾਫੀ ਚੀਜ਼ਾਂ ਮਿਲ ਜਾਣਗੀਆਂ। ਅਨਅਫੀਸ਼ੀਅਲ ਡਰੋਪ ਕਦੀ ਨਾ ਲਓ ਕਿਉਂਕਿ ਅਨਅਫੀਸ਼ੀਅਲ ਡਰੋਪ ਦਾ ਮਤਲਬ ਹੁੰਦਾ ਤੁਸੀਂ ਕੰਮ ਨਹੀਂ ਕਰ ਸਕਦੇ, ਤੁਹਾਡਾ ਕੋਈ ਰੀਜ਼ਨ ਆ ਡਰੋਪ ਲੈਣ ਦਾ, ਅਤੇ ਉਹ ਅੱਗੇ ਜਾ ਕੇ ਆਪਾਂ ਜਦੋਂ ਵਰਕ ਪਰਮਿਟ ਅਪਲਾਈ ਕਰਨੇ ਆਪਾਂ ਨੂੰ ਦੱਸਣਾ ਪੈਂਦਾ ਆ, ਅਤੇ ਜੇ ਆਪਾਂ ਨਾ ਉਹਨੂੰ ਫੁਲਫਿਲ ਕਰ ਸਕੀਏ ਤਾਂ ਹੋ ਸਕਦਾ ਕਿ ਆਪਣਾ ਵਰਕ ਪਰਮਿਟ ਡਿਨਾਈ ਹੋ ਜੇ। ਵੈਸੇ ਤਾਂ ਇਹ ਕਹਿ ਲਓ 100 ਦੇ ਵਿੱਚ 1 ਕੇਸ ਹੁੰਦਾ, ਅਤੇ 100 ਦੇ ਵਿੱਚ 1 ਕੇਸ ਕਿਸੇ ਦਾ ਵੀ ਹੋ ਸਕਦਾ ਬਾਈ, ਕੋਈ ਵੱਡੀ ਗੱਲ ਨਹੀਂ। 20 ਘੰਟੇ ਤੋਂ ਜ਼ਿਆਦਾ ਸਿੰਨ 'ਤੇ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ, ਜਿਵੇਂ ਹੁਣ TR2 PR ਵਾਲੀਆਂ ਫਾਈਲਸ ਆਈਆਂ ਸੀ, ਇਹਦੇ ਵਿੱਚ ਜਿਹੜੇ ਬੱਚਿਆਂ ਨੇ 20 ਤੋਂ 21 ਘੰਟੇ ਵੀ ਕੰਮ ਕੀਤਾ ਸੀ ਉਹਨਾਂ ਨੇ ਵੀ ਫਾਈਲਾਂ ਨਹੀਂ ਲਾਈਆਂ ਕਿਉਂਕਿ ਉਹਨਾਂ ਨੂੰ ਰਿਸਕ ਸੀ ਕਿ ਜੇ ਸਾਡੇ ਕੋਲ ਪੇ ਸਟੱਬ ਮੰਗ ਲਏ ਤਾਂ ਕੀ ਕਹਾਂਗੇ। 21 ਵਾਲਾ ਅਸੀਂ ਦੇ ਤਾ ਗਏ, ਮਿਸਰੀਪ੍ਰਜੈਂਟੇਸ਼ਨ ਦਾ ਸਾਡੇ ਉੱਤੇ ਚਾਰਜ ਲੱਗ ਸਕਦੇ ਆ, 5 ਸਾਲ ਦਾ ਬੈਨ ਲੱਗ ਸਕਦਾ ਆ। ਸੋ ਕੋਸ਼ਿਸ਼ ਕਰੋ ਕਿ 20 ਘੰਟੇ ਤੋਂ ਜ਼ਿਆਦਾ ਕੰਮ ਨਾ ਕਰੋ ਕਿਉਂਕਿ ਕੋਈ ਪਤਾ ਨਹੀਂ ਕਿਹੜਾ ਪ੍ਰੋਗਰਾਮ ਕਦੋਂ ਪਟਾਕਾ ਪੈ ਜਾਣਾ ਅਤੇ ਕਦੋਂ ਆ ਜਾਣਾ ਆ। ਕਾਲਜ ਖਤਮ ਹੋ ਗਿਆ, ਵਰਕ ਪਰਮਿਟ ਤੁਸੀਂ ਅਜੇ ਅਪਲਾਈ ਨਹੀਂ ਕੀਤਾ, ਉਹ ਵਾਲੇ 5-7 ਦਿਨ ਕੰਮ ਨਾ ਕਰੋ ਤਾਂ ਬੈਟਰ ਆ। ਜੇ ਤੁਹਾਡੀ ਕੋਪ ਲੱਗੀ ਤਾਂ ਡਿਫਰੈਂਟ ਸਿਨੈਰੀਓ ਕਿਉਂਕਿ ਤੁਹਾਡੇ ਕੋਲ ਕੋਪ ਦਾ ਵਰਕ ਪਰਮਿਟ ਹੈਗਾ ਆ, ਪਰ ਜੇ ਤੁਹਾਡੀ ਕੋਪ ਨਹੀਂ ਲੱਗੀ ਤਾਂ ਤੁਹਾਡਾ ਸਮੈਸਟਰ ਖਤਮ ਹੋ ਗਿਆ। ਸਮੈਸਟਰ ਖਤਮ ਮਤਲਬ ਕਿ ਲਾਸਟ ਡੇ ਆਫ ਕਾਲਜ, ਉਸ ਤੋਂ ਬਾਅਦ ਤੁਸੀਂ ਕਾਲਜ ਨਹੀਂ ਜਾਣਾ। ਚਾਹੇ ਤੁਹਾਡਾ ਸਟੱਡੀ ਪਰਮਿਟ ਹੈਗਾ ਆ, ਵਰਕ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ 5-7 ਦਿਨ ਹੁੰਦੇ ਆ ਟ੍ਰਾਂਸਕ੍ਰਿਪਟ ਆਉਣ ਤੋਂ ਪਹਿਲਾਂ, ਤੁਸੀਂ ਕੰਮ ਨਹੀਂ ਕਰਨਾ। ਇਹ ਚੀਜ਼ ਦਾ ਧਿਆਨ ਰੱਖਿਓ, ਇਹ ਚੀਜ਼ ਕਈਆਂ ਨੂੰ ਅੱਗੇ ਜਾ ਕੇ ਭਾਰੀ ਪੈ ਜਾਂਦੀ ਆ। ਸਟੱਡੀ ਹੋ ਗਈ, 2 ਗ੍ਰੇਡ ਤੁਹਾਡੇ ਆ ਗਏ, ਬੱਲੇ ਬੱਲੇ ਹੋ ਗਈ, ਹੈ ਨਾ। ਹੁਣ ਆਪਾਂ ਵਰਕ ਪਰਮਿਟ 'ਤੇ ਆ ਗਏ। ਵਰਕ ਪਰਮਿਟ ਦੇ ਸਭ ਤੋਂ ਵੱਡਾ ਚੈਲੰਜ ਹੁੰਦਾ ਨੌਕ ਬੀ ਦੀ ਜੋਬ ਲੱਭਣ ਦਾ, ਨੌਕ ਏ ਦੀ ਜੋਬ ਲੱਭਣ ਦਾ। ਜਿਨ੍ਹਾਂ ਦੀਆਂ ਤਾਂ ਕੋਅਪ ਹੁੰਦੀਆਂ ਆ ਉਹਨਾਂ ਕੋਲ ਚਾਂਸਿਸ ਹੁੰਦੇ ਆ ਕਿ ਉਹ ਕਿਸੇ ਵੀ ਕੰਪਨੀ ਦੇ ਵਿੱਚ ਜਾ ਕੇ, ਜਾਂ ਫਿਰ ਬੈਟਰ ਇਹੀ ਹੁੰਦਾ ਕਿ ਉਸੇ ਕੰਪਨੀ ਦੇ ਵਿੱਚ ਗੱਲ ਕਰਕੇ ਉਹਨਾਂ ਨੂੰ ਜੋਬ ਮਿਲ ਜਾਂਦੀ। ਹੁਣ ਜਿਹਦੇ ਕੋਲ ਨਹੀਂ ਹੈਗਾ ਉਹ ਕੀ ਕਰਨ, ਪਹਿਲੇ ਨੰਬਰ 'ਤੇ ਤੁਸੀਂ ਆਪਣੇ ਇੰਪਲੋਇਰ ਨਾਲ ਗੱਲ ਕਰਨੀ ਹੈ। ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਤੁਸੀਂ ਡਾਇਰੈਕਟ ਮੈਨੇਜਰ ਸੁਪਰਵਾਈਜ਼ਰ ਜੋ ਵੀ ਤੁਹਾਡੇ ਉੱਥੇ ਲੱਗਾ ਆ ਉਹਦੇ ਨਾਲ ਗੱਲ ਕਰੋ, ਉਹਨੂੰ ਕਹੇ ਬਾਈ ਤੁਸੀਂ ਮੈਨੂੰ ਨੌਕ ਪੀ ਦੀ ਜੋਬ ਦੇ ਸਕਦੇ ਹੋ। ਜੇ ਤਾਂ ਉਹ ਕਹਿਣ ਹਾਂ ਤਾਂ ਠੀਕ ਆ, ਜੇ ਉਹ ਲਾਰਾ ਲਾ ਰਹੇ ਆ ਛੱਡ ਦਿਉ ਜੋਬ, ਕੋਈ ਹੋਰ ਜੋਬ ਲੱਭਣੀ ਸਟਾਰਟ ਕਰ ਦਿਉ। ਜੋਬ ਐਕਸਪੀਰੀਅੰਸ ਤੁਸੀਂ ਉਸ ਦਿਨ ਤੋਂ ਸਟਾਰਟ ਕਰ ਸਕਦੇ ਹੋ ਜਿਸ ਦਿਨ ਤੋਂ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕੀਤਾ, ਨਾ ਕਿ ਤੁਹਾਡਾ ਵਰਕ ਪਰਮਿਟ ਆਇਆ। ਜਿਸ ਦਿਨ ਤੁਸੀਂ ਵਰਕ ਪਰਮਿਟ ਅਪਲਾਈ ਕਰਤਾ ਉਸ ਦਿਨ ਤੋਂ ਤੁਹਾਡਾ ਵਰਕ ਐਕਸਪੀਰੀਅੰਸ ਸਟਾਰਟ ਹੋ ਸਕਦਾ ਆ, ਅਤੇ 52 ਵੀਕ ਤੁਸੀਂ ਵੇਟ ਕਰਨਾ ਹੈ। 30 ਆਵਰ ਘੱਟੋ ਘੱਟ ਵੀਕ ਦਾ ਕੰਮ ਕੀਤਾ ਹੋਣਾ ਚਾਹੀਦਾ, 1560 ਘੰਟੇ ਜਿਸ ਦਿਨ ਕੰਪਲੀਟ ਹੋ ਗਏ ਆਪਦੀ PR ਦੀ ਫਾਈਲ ਚੱਕ ਦਿਉ ਉਸੇ ਦਿਨ। ਇੱਕ ਨਾ ਬੜੀ ਵੱਡੀ ਗਲਤੀ ਕਰਦੇ ਆ ਸਾਰੇ ਜਣੇ, ਵਰਕ ਪਰਮਿਟ ਆਉਣ ਤੋਂ ਬਾਅਦ ਆਇਲਸ ਦਾ ਪੇਪਰ ਨਹੀਂ ਦਿੰਦੇ। ਜਿੰਨੀ ਜਲਦੀ ਹੋ ਸਕਦਾ ਨਾ ਆਇਲਸ ਦਾ ਪੇਪਰ ਦੇ ਦਿਉ। ਇੱਕ ਤਾਂ ਹੁੰਦਾ ਆਪਣਾ ਮੋਮੈਂਟਮ ਬਣਿਆ ਹੁੰਦਾ ਸਟੱਡੀ ਦੇ ਨਾਲ, ਅਤੇ ਜਲਦੀ ਜਲਦੀ ਬੰਦਾ ਦੇ ਦੇ ਕਿਉਂਕਿ 2 ਸਾਲ ਦੇ ਲਈ ਵੈਲਿਡ ਹੁੰਦਾ ਬੰਦੇ ਦਾ ਪੇਪਰ, ਅਤੇ ਜਦੋਂ ਵੀ 1 ਸਾਲ ਕੰਪਲੀਟ ਹੋਇਆ ਤੁਹਾਡਾ ਅਤੇ ਨਾਲ ਦੀ ਨਾਲ ਫਾਈਲ ਲਾ ਦਿਉ। ਕੋਈ ਪਤਾ ਨਹੀਂ ਕੀ ਸਨੈਰੀਓ ਚੱਲ ਰਿਹਾ ਹੋਏਗਾ, ਹੈ ਨਾ। ਸਨੈਰੀਓ ਤੋਂ ਯਾਦ ਆਇਆ ਕਿ ਤੁਸੀਂ CEC ਡਰਾਅ ਦਾ ਸਨੈਰੀਓ ਦੇਖਣਾ, ਚਾਹੇ ਤੁਸੀਂ +2 ਕਰਕੇ ਆਇਆ ਚਾਹੇ ਤੁਸੀਂ ਗ੍ਰੈਜੂਏਸ਼ਨ ਕਰਕੇ ਆਏ ਹੋ। ਜਿਵੇਂ ਹੁਣ ਜਿਹੜਾ CEC ਡਰਾਅ ਦਾ ਸਨੈਰੀਓ ਬਹੁਤ ਥੱਲੇ ਚੱਲ ਰਿਹਾ, ਇਸੇ ਕਰਕੇ ਤੁਹਾਨੂੰ ਕਿਤੇ ਵੀ ਮੂਵ ਹੋਣ ਦੀ ਲੋੜ ਨਹੀਂ ਆ। ਤੁਸੀਂ ਓਨਟੈਰੀਓ ਦੇ ਵਿੱਚ ਵੀ ਰਹਿ ਸਕਦੇ ਹੋ, ਕੋਈ ਚੱਕਰ ਵਾਲੀ ਗੱਲ ਨਹੀਂ, ਕਿਉਂਕਿ ਜਿਹੜਾ ਡਰਾਅ ਆ ਉਹ 400 ਤੋਂ ਥੱਲੇ ਜਾ ਰਿਹਾ, ਹੈ ਨਾ। ਤੁਸੀਂ ਉਹ ਸਨੈਰੀਓ ਦੇਖਣਾ, ਅਨੈਲਿਸਿਸ ਕਰਨਾ ਕਿ ਅਗਲੇ 1 ਸਾਲ ਦੇ ਵਿੱਚ ਕਿੰਨਾ ਕੁ ਡਰਾਅ ਕਿੱਥੋਂ ਤੱਕ ਜਾਏਗਾ। ਜਿਹੜਾ ਤੁਹਾਨੂੰ ਲੱਗ ਰਿਹਾ ਕਿ ਬਹੁਤ ਜ਼ਿਆਦਾ ਸਕੋਰ ਜਾ ਰਿਹਾ, ਤੁਸੀਂ ਉਹਨੂੰ ਕੰਪੀਟ ਨਹੀਂ ਕਰ ਸਕਦੇ, ਜਿੰਨੀ ਜਲਦੀ ਹੋ ਸਕਦਾ ਆਪਦਾ ਪ੍ਰੋਵਿੰਸ ਚੇਂਜ ਕਰਕੇ ਕਿਤੇ ਹੋਰ ਚੱਲ ਜਾਓ, ਉੱਥੇ ਜਾ ਕੇ ਪਹਿਲਾਂ ਜੋਬ ਲੱਭ ਕੇ, ਮਤਲਬ ਇੱਦਾਂ ਸਰਚ ਕਰਨਾ ਸਟਾਰਟ ਕਰ ਦਿਉ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰਨੀ ਸਟਾਰਟ ਕਰ ਦਿਉ, ਆਪਣਾ ਇੱਕ ਰੈਜ਼ਿਊਮੇ ਬਣਾਓ ਵਧੀਆ ਜਿਹਾ, ਉਹਨੂੰ ਇੰਡੀਡ 'ਤੇ ਪੋਸਟ
ਤੁਹਾਨੂੰ ਲੱਭਣੀ ਪੈਣੀ ਹੈ ਨੌਕ ਬੀ ਦੀ ਜੋਬ, ਨੌਕ ਏ ਦੀ ਜੋਬ ਅਤੇ ਨੌਕ ਓ ਦੀ ਕੋਈ ਵੀ ਜੋਬ ਜਿਹਦੇ ਵਿੱਚ ਤੁਹਾਡੀ ਸੀ ਸੀ ਦੀ ਫਾਈਲ ਲੱਗ ਜੇ। ਜਦੋਂ ਤੁਹਾਨੂੰ ਫੁੱਲ ਟਾਈਮ ਜੋਬ ਮਿਲ ਜੇ, ਹੈਲਥ ਕਾਰਡ ਹਮੇਸ਼ਾ ਅਪਲਾਈ ਕਰੋ। ਹੈਲਥ ਕਾਰਡ ਦੇ ਬੜੇ ਜ਼ਿਆਦਾ ਬੈਨੀਫਿਟ ਹੁੰਦੇ ਆ। ਕਿੱਦਾਂ ਅਪਲਾਈ ਕਰਨਾ ਆ ਮੈਂ ਵੀਡੀਓ ਬਣਾਈ ਹੋਈ ਆ, ਤੁਸੀਂ ਦੇਖ ਸਕਦੇ ਹੋ। ਇਹ ਵੈਸੇ ਜਿੰਨੀਆਂ ਵੀਡੀਓ ਸਾਰੀਆਂ ਹੀ ਇਸ ਟੋਪਿਕ 'ਤੇ ਹੌਲੀ ਹੌਲੀ ਬਣੀਆਂ ਹੋਈਆਂ, ਪਰ ਮੈਂ ਸੋਚਿਆ ਕਿ ਇਹ ਕੁਐਸਚਨ ਬਹੁਤ ਜ਼ਿਆਦਾ ਹੁੰਦੇ ਆ, ਮੈਂ ਨੋਟ ਕੀਤੇ ਹੋਏ ਸਾਰੇ ਕੁਐਸਚਨ, ਸੋ ਮੈਂ ਇਹਨੂੰ ਐਗਰੀਗੇਟ ਕਰਕੇ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਦੇ ਵਿੱਚ ਦਿੱਤਾ ਆ। ਹੋਪ ਕਰਦਾ ਤੁਹਾਨੂੰ ਵਧੀਆ ਲੱਗੀ ਹੋਏਗੀ। ਪੀਆਰ ਤੋਂ ਪੀਆਰ ਦੀ ਜਦੋਂ ਫਾਈਲ ਲਾਉਣੀ ਉਹਦੀ ਤਾਂ ਆਪਣੀ ਪੂਰੀ ਸੀਰੀਜ਼ ਹੈਗੀ ਹੈ, ਮੈਨੂੰ ਲੱਗਦਾ ਕਿ ਉਹਦਾ ਮੈਨੂੰ ਕੋਈ ਕੁਐਸਚਨ ਦੱਸਣ ਦੀ ਲੋੜ ਨਹੀਂ ਹੈ। ਫਿਰ ਵੀ ਤੁਹਾਨੂੰ ਜੇ ਕੋਈ ਕੁਐਸਚਨ ਹੈਗਾ ਪੀਆਰ ਦੀ ਸੀਰੀਜ਼ ਦੇ ਰਿਲੇਟਡ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਕਰ ਸਕਦੇ ਹੋ ਗੱਲਬਾਤ ਮੇਰੇ ਨਾਲ, ਐਂਡ ਖੁੱਲ੍ਹੀ ਗੱਲਬਾਤ ਮਤਲਬ ਜੇ ਕਿਸੇ ਨੇ ਕਰਨੀ ਹੈ। ਜੇ ਇਹ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰੋ, ਕੋਈ ਕੁਐਸਚਨ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਉ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਜੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।